बाहर गया जट छोलियां दी राखी उथे छप्पड़ पानिया हाय नी जै बट्टी दा टिड्डियां ने खा लिया हाय नी जै बट्टी दा टिड्डियां ने खा लिया हाय नी जै बट्टी दा टिड्डियां ने खा लिया हाय नी जै बट्टी दा प्याले के दे विच मासी आई हार शिंगार लगा के पहला पौंदी नू पहला पौंदी नू देख मसड़ा पहला पौंदी नू देख मसड़ा
ਗਈ ਸੀ ਬਰਬਰ ਵਰਸੀ ਖਟਣ ਗਈ ਸੀ ਖਟ ਕੇ ਲਿਆਂਦੀ ਅੱਟੀ ਥਾਲੀ ਵੇ ਕਾਲੇ ਨਾਗ ਨੇ ਮੇਰੇ ਦੁਕਾਨ ਦਾ ਸਾਂਝਣੀਆਂ ਜਿਹੜਾ ਦੂਰ ਖੜਾ ਮੇਰੇ ਦੁਕਾਨ ਦਾ ਸਾਂਝਣੀਆਂ ਜਿਹੜਾ ਦੂਰ ਖੜਾ ਮੇਰੇ ਦੁਕਾਨ ਦਾ ਸਾਂਝਣੀ ਉੱਚਾ ਚਬਾਰਾ ਸਬਜ ਪੌੜੀਆਂ ਸੈਂਡਲ ਪਾਪਾ ਚੜ੍ਹਦੀ ਅੱਖੀਆਂ ਜਾਲੜੀਆਂ ਹੁਣ ਨਾ ਸੋਹਣਿਆਂ ਡਰਦੀ ਅੱਖੀਆਂ ਨਹੀਂ ਤਾਂ ਜਾਣਗੇ ਬੁਲਾ ਦੇ ਟੱਟੇ ਮੁੰਡਿਆ ਨਹੀਂ ਤਾਂ ਜਾਣਗੇ ਬੁਲਾ ਦੇ ਟੱਟੇ ਮੁੰਡਿਆ ਨਹੀਂ ਤਾਂ ਜਾਣਗੇ ਬੁਲਾ ਦੇ ਟੱਟੇ ਮੁੰਡਿਆ ਨਹੀਂ ਤਾਂ ਜਾਣਗੇ ਬੁਲਾ ਦੇ ਪੈਰਾਂ ਲਈ ਸੋਹਣਿਆ ਪੰਜੇ ਬਕਰਵਾ ਦੇ ਪੈਰਾਂ ਲਈ ਸੋਹਣਿਆ ਪੰਜੇ ਬਕਰਵਾ ਦੇ ਗੋਰੀ ਵੀਣੀ ਵਿੱਚ ਮੇਰੇ ਬੰਗਾ ਚੜਾ ਦੇ ਗੋਰੀ ਵੀਣੀ ਵਿੱਚ ਮੇਰੇ ਬੰਗਾ ਚੜਾ ਦੇ ਬਲਵੰਤ ਸਿੰਘ ਜੀ ਤੇ ਸਾਰਾ ਸਟਾਫ ਇਹਨਾਂ ਲਈ ਇਹ ਬੋਲੀ ਹੈ
ਕੋਈ ਨੀ ਲਿਆਉਣੀ ਆ ਬੀਕਰ ਕੈਮਿਸਟਰੀ ਲੈਬ ਚ ਲੈ ਕੇ ਜਾਂਦੀ ਆ ਕੋਈ ਸੋਡੀਅਮ ਧਰ ਕੇ ਉੱਤੇ ਪਾਣੀ ਪਾ ਦੇਣਾ ਮੇਰੀ ਗੱਲ ਸੁਣ ਲਾ ਇਹਨਾਂ ਦੇ ਨਾਲ ਨਾ ਤੂੰ ਨਾ ਗੈਸਾਂ ਛੱਡਣ ਲੱਗ ਜੇ ਬੱਲੇ ਬੱਲੇ ਰਿਸੈਂਸ ਵਾਲੇ ਮਾਸਟਰ ਨੇ ਬੱਲੇ 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 ਲਿਸੈਂਸ ਵਾਲੇ ਮਾਸਟਰ ਨੇ 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 ਪ੍ਰੈਕਟੀਕਲ ਵਿੱਚੋਂ ਨੰਬਰ ਕੱਟ ਲੈ ਲਿਸੈਂਸ ਵਾਲੇ ਮਾਸਟਰ ਨੇ ਪ੍ਰੈਕਟੀਕਲ ਵਿੱਚ ਨੰਬਰ ਕੱਟ ਲੈ ਲਿਸੈਂਸ ਵਾਲੇ ਮਾਸਟਰ ਨੇ ਪ੍ਰੈਕਟੀਕਲ ਵਿੱਚ ਨੰਬਰ ਕੱਟ ਲੈ ਲਿਸੈਂਸ ਵਾਲੇ ਮਾਸਟਰ ਨੇ ਪ੍ਰੈਕਟੀਕਲ ਵਿੱਚ ਨੰਬਰ ਕੱਟ ਲੈ ਲਿਸੈਂਸ ਵਾਲੇ ਮਾਸਟਰ ਨੇ ਪਤਾ ਕਰ ਮੈਨੂੰ ਕਹਿੰਦਾ ਬੀਕਰ ਲਿਆ ਅੱਛਾ ਮੈਂ ਭਾਵੇਂ ਡੱਬਾ ਚੱਕ ਲਈ ਨਾ ਹੁਣ ਵਾਲਾ ਅੱਗ ਲੈਣਾ ਜੇ ਮੈਂ ਕਲਾਸ ਚ ਕਦੇ ਬੜੀ ਹਮਾ ਤਾਂ ਬੀਕਰ ਦਾ ਪਤਾ ਲੱਗੇ ਤਾਂ ਪਤਾ ਹੋਵੇ ਫੇਰ ਕੀ ਹੋਇਆ ਮੈਨੂੰ ਕਹਿੰਦਾ ਤੈਨੂੰ ਕੀ ਕਹਿੰਦਾ ਇਹਦੇ ਵਿੱਚ H2SO4 ਪਾ ਲਿਆ ਉਹ ਕੀ ਹੁੰਦੇ ਮੈਂ ਭਾਵੇਂ ਇੱਕ ਨੰਬਰ ਗਈ ਮੂਤ ਪਾ ਲਈ ਉਹ ਫਿੱਟੇ ਮੂੰਹ ਤੇ ਦਾ ਮੈਂ ਭਾਵੇਂ ਹੋਰ ਕੀ ਕਰਦੀ ਹੋਰ ਕੀ ਕਰ ਲੈਂਦੀ H2SO4 ਦਾ ਕੀ ਪਤਾ ਕੀ ਪਤਾ ਦੱਸ ਫੇਰ ਚਲ ਭਾਵੇਂ ਇਹਨੇ ਦੇ ਨੰਬਰ ਕੱਟ ਲਏ ਫੇਰ ਕੀ ਹੋ ਗਿਆ ਇਹਨੇ ਮੇਰੇ ਨੰਬਰ ਕੱਟ ਲਏ ਫੇਰ ਮੈਂ ਕਿ ਪ੍ਰਿੰਸੀਪਲ ਸਰ ਕੋ ਅੱਛਾ ਪ੍ਰਿੰਸੀਪਲ ਸਰ ਪਤਾ ਮੇਰੇ ਕੀ ਕਹਿੰਦੇ ਕਹਿੰਦੇ ਕੱਟ ਕੀ ਡਮਰਾ ਚੱਕ ਲਿਆ ਅੱਛਾ ਮੈਂ ਘੰਟਾ ਨਾ ਮੁੜੀ ਅੱਛਾ ਡੰਡਾ ਲੈ ਕੇ ਚਲੇ ਗਏ ਫੇਰ ਕੀ ਹੋਇਆ ਮੈਂ ਕਹਿੰਦਾ ਡਮਰਾ ਚੱਕ ਮੈਂ ਥਮਲੇ ਜੱਫੀ ਪਾਈ ਖੜੀ ਉਹ ਫਿੱਟੇ ਹਾਲ ਹੋਰ ਤਾਂ ਦੱਸ ਮੈਂ ਕੀ ਮੇਰੇ ਗੱਲ ਸੁਣ ਸੁਣਾ ਦੇ ਗਿੱਲਾ ਕੂੜਾ ਸੁੱਕਾ ਕੂੜਾ ਵੀ ਇੱਥੇ ਹੀ ਆਉਂਦਾ ਹੈ ਇੱਥੇ ਗਿੱਲਾ ਕੂੜਾ ਸੁੱਕਾ ਕੂੜਾ ਨਹੀਂ ਉਹ ਮਿਊਨਿਸਪਲ ਕਮੇਟੀ ਅੱਛਾ ਉਹਦੇ ਵਿੱਚ ਆਉਂਦਾ ਠੀਕ ਹੈ ਇੱਥੇ ਤਾਂ ਪਹਿਲਾਂ ਸਮਾਰਟ ਸਕੂਲ ਆਉਂਦੇ ਨੇ ਸਮਾਰਟ ਸਕੂਲ ਹਾਂ ਮੈਨੂੰ ਵੀ ਆਰਡਰ ਲੱਗ ਗਿਆ ਅੱਛਾ ਗ੍ਰਾਂਟ ਆਈ 25,000 ਖਾ ਗਈ ਤੂੰ ਨੱਚ ਨੱਚ ਕਮਾਈ ਜਾਂਦੀ ਭੁਸਰਿਆ ਹੋਇਆ ਕੀ ਕਹਿੰਦਾ ਚੜਾਇਆ ਅੱਛਾ ਤੁਹਾਡੇ ਏਰੀਆ ਦਾ ਤੁਹਾਡੇ ਨੀ ਮੇਰੀ ਗੱਲ ਸੁਣ ਜਿਵੇਂ ਸਰਕਾਰੀ ਸਾਧ ਹੁੰਦਾ ਬਟੇ ਹਾਲ ਬੋਲੀ ਪਾਈਏ ਲਲਕਾਰ ਕੇ ਸੋਹਣਾ ਜਿਹਾ ਮੁੰਡਾ ਵੱਟ ਲਈਏ ਅੱਖ ਮਾਰ ਕੇ ਹੋਰ ਵੀ ਬਹੁਤ ਪੰਗਾ ਪੈਂਦਾ ਹੋਰ ਕਿਹੜਾ ਪੰਗਾ ਪੈਂਦਾ PLO ਡਿਊਟੀਆਂ ਓਏ ਹੋਏ ਫਿਰ ਕਿਤੇ ਵੋਟਾਂ ਚ ਵੀ ਡਿਊਟੀ ਲੱਗ ਜਾਂਦੀ ਸਭ ਤੋਂ ਨੱਠ ਭਜਾਈ ਮੇਰੀ ਨੱਚੇ ਲੋੜੀ ਮੈਡਮ ਲੈਕਚਰਰ ਕੈਮਿਸਟਰੀ ਲੈ ਭੈਣੇ ਤਾਂ ਹੁਣ ਔਰਗੈਨਿਕ ਕੈਮਿਸਟਰੀ ਇਨਔਰਗੈਨਿਕ ਕੈਮਿਸਟਰੀ ਪਤਾ ਨਹੀਂ ਕਿਹੜੇ ਕਿਹੜੇ ਹੰਡਰਡ ਰੂਲ ਵਿੱਚ ਕੁਆਂਟਮ ਥਿਊਰੀਆਂ ਦੱਸਣਗੀਆਂ ਕਿਹੜੇ ਨੇ ਲੈਕਚਰਰ ਕੈਮਿਸਟਰੀ ਆ ਜਾਓ ਤੁਹਾਡੀ ਕੈਮਿਸਟਰੀ ਬਹੁਤ ਸੋਹਣੀ ਆ ਜਾਓ ਜੀ ਆ ਜਾ ਆ ਜਾਓ ਆ ਜਾਓ ਆ ਜਾਓ ਨਾਂ ਕੀ ਹੈ ਤੁਹਾਡਾ ਜੀ ਵਿਸ਼ਾਲ 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 ਹਾਂ ਵਿਸ਼ਾਲ ਕਹਿ ਖੜਾ ਹਾਂ ਵਿਸ਼ਾਲ ਆ ਤੇਰੇ ਨਾਲ ਲੱਗਦੀ ਵਿਸ਼ਾਲੀ ਦੀ ਕੈਮਿਸਟਰੀ ਵਾਲੀ ਭੈਣ ਜੀ ਕੰਮ ਨਾ ਕਰਦੀ ਕੈਮਿਸਟਰੀ ਵਾਲੀ ਭੈਣ ਜੀ ਕੰਮ ਨਾ ਕਰਦੀ ਭੈਣ ਜੀ ਕੰਮ ਨਾ ਕਰਦੀ ਭੈਣ ਜੀ ਕੰਮ ਨਾ ਕਰਦੀ ਲਾ ਕੇ ਬਹਿੰਦੀ ਬਿੰਦੀ ਨੀ ਲਾ ਕੇ ਬਹਿੰਦੀ ਬਿੰਦੀ ਇਹਦੀ ਬਿੰਦੀ ਨੇ ਘਰ ਨੂੰ ਲਾ ਲਾਤੀ ਜਿੰਦੀ ਨੀ ਇਹਦੀ ਬਿੰਦੀ ਨੇ ਘਰ ਨੂੰ ਲਾਤੀ
वाली भैन जी ने बल्ले बल्ले नींदी वाली भैन जी ने बल्ले बल्ले नींदी वाली भैन जी ने बल्ले बल्ले नींदी वाली भैन जी ने अज का कबूतर उड़ाया पंजाबी वाली मैडम जी तुस गिद्दे विच आ जावो पंजाबी वाली मैडम जी तुस गिद्दे विच आ जावो पंजाबी वाली मैडम जी तुस गिद्दे विच आ जावो पंजाबी वाली मैडम जी तुस गिद्दे विच आ जावो बल्ले बल्ले पंजाबी वाली मैडम ने बल्ले बल्ले पंजाबी वाली मैडम ने अज गिद्दे विच पड़ तू पाया पंजाबी वाली मैडम ने अज गिद्दे विच पड़ तू पाया पंजाबी वाली ਲੈ ਭੈਣੇ ਹੁਣ ਸਾਰਾ ਜਗਰਾਫੀਆ ਕਰਕੇ ਦਿਖਾਉਣਗੇ ਐਸ ਐਸ ਟਿੱਪੂ ਸੁਲਤਾਨ ਅਕਬਰ ਬਾਦਸ਼ਾਹ ਫਿਜ਼ੀਕਲ ਵਾਲਿਆਂ ਨੂੰ ਮੈਂ ਕਿਤੇ ਕੌਡੀ ਪਾਉਣੀ ਹੈ ਪੰਜਾਬੀ ਚ ਬਹੁਤ ਸਰੀਰਕ ਸਿੱਖਿਆ ਅੱਛਾ ਸਰੀਰਕ ਸਿੱਖਿਆ ਐਸ ਐਸ ਵਾਲੇ ਕਿਹੜੇ ਨੇ ਜੀ ਸਮਾਜਿਕ ਸਿੱਖਿਆ ਆ ਜਾਓ ਭੈਣ ਜੀ ਸਮਾਜਿਕ ਸਿੱਖਿਆ ਵਾਲੇ ਤੁਸੀਂ ਸਮਾਜ ਸ਼ਾਸਤਰ ਪੜ੍ਹਾਓ ਸਾਨੂੰ ਆ ਜਾਓ ਜੀ ਸੁਣ ਲੈ ਭੈਣ ਮੇਰੀ ਗੱਲ ਸੁਣ ਸੁਣਾ ਦੇ ਮੈਂ ਲਾਉਣ ਗਈ ਮੈਡਮ ਦੀ ਕਲਾਸ ਅੱਛਾ ਕਲਾਸ ਮੈਂ ਲਾਉਣ ਗਈ ਕਲਾਸ ਲਾਉਣ ਗਈ ਕਲਾਸ ਇਹ ਤਾਂ ਉੱਥੇ ਕਰੇ ਮਹਿੰਜੋਦੜੋ ਮੈਂ ਨੱਠੇ ਮੈਂ ਤਾਂ ਮੈਨੇ ਭੱਜਿਆ ਹੀ ਨਹੀਂ ਆ ਤਾਂ ਗਾਲਾਂ ਕੱਢਦੀ ਮੈਂ ਕਿਹਾ ਇੱਥੇ ਗਾਲਾਂ ਕੱਢਦੀ ਹੈ ਇਹ ਕਾਹਦੀ ਕਲਾਸ ਹੋਈ ਅੱਛਾ ਭੈਣੇ ਬਾਹਰ ਗਈ ਮੈਂ ਤਾਂ ਪ੍ਰਿੰਸੀਪਲ ਕੋ ਗਈ ਮੈਂ ਕਿਹਾ ਜੀ ਤੁਹਾਡੀ ਐਸ ਐਸ ਵਾਲੀ ਮੈਡਮ ਮਹਿੰਜੋੜ ਮਹਿੰਜੋੜ ਅੱਛਾ ਉਹ ਮੇਰੇ ਦੋ ਮਾਰੇ ਚਟਾ ਕੇ ਕੰਨਾਂ ਤੇ ਕਹਿੰਦਾ ਕੰਨ ਖੋਲ ਲੈ ਉਹ ਮਹਿੰਜੋਦੜੋ ਹੁੰਦਾ ਅੱਛਾ ਮਹਿੰਜੋਦੜੋ ਹਾਂ ਉਹ ਉੱਥੇ ਪੁਰਾਣੇ ਜ਼ਮਾਨੇ ਦੀ ਸਾਡੀ ਸਭਿਅਤਾ ਹੁੰਦੀ ਸੀ ਜਿਹੜੀ ਆਰੀਆਂ ਤੋਂ ਪਹਿਲਾਂ ਹੁੰਦੀ ਸੀ ਹਾਂ ਐਸ ਐਸ ਵਾਲੀ ਭੈਣ ਜੀ ਨੇ ਪੜ੍ਹਾਈ ਸਾਨੂੰ ਫੇਵਰਟ ਹੁੰਦਾ ਸੀਗਾ ਇਹ ਅੱਛਾ ਮੈਂ ਜਾ ਕੇ ਦਿਖਾ ਮੈਡਮ ਆ ਜਾਓ ਭੈਣੇ ਗਿੱਧਾ ਪਾਈਏ 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 ਸਾਰਾ ਮੇਲ ਨਚਾਈਏ ਸਾਰਾ ਮੇਲ ਨਚਾਈਏ ਵਿਆਹ ਸਾਡੀ ਬੇਟੀ ਦਾ ਨੀ ਵਿਆਹ ਸਾਡੀ ਬੇਟੀ ਦਾ ਨੱਚਣ ਧਰਤ ਹਲਾਈਏ ਨੱਚਣ ਧਰਤ ਹਲਾਈਏ ਵਿਆਹ ਸਾਡੀ ਬੇਟੀ ਦਾ ਨੱਚਣ ਧਰਤ ਹਲਾਈਏ ਵਿਆਹ ਸਾਡੀ ਬੇਟੀ ਦਾ ਨੱਚਣ ਧਰਤ ਹਲਾਈਏ